ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ੁਕਲਾ ਇਸ ਵੇਲੇ ਅਸੀਂ ਮੋਰਿੰਡਾ ਦੇ ਅੰਡਰ ਵਿੱਚ ਦੇ ਵਿੱਚ ਮੌਜੂਦ ਹਾਂ ਜੋ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਪੁਲ ਬਣਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਡ੍ਰੀਮ ਪ੍ਰੋਜੈਕਟ ਸੀ ਪਰ ਇਹ ਪ੍ਰੋਜੈਕਟ ਹੁਣ ਪਾਣੀ ਪਾਣੀ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲੋਕਾਂ ਦੀ ਸਹੂਲਤ ਦੇ ਲਈ ਬਣਿਆ ਇਹ ਅੰਡਰ ਵਿੱਚ ਇਸ ਵੇਲੇ ਪਾਣੀ ਪਾਣੀ ਹੈ ਹਾਲਾਂਕਿ 1 ਫੁੱਟ ਪਾਣੀ ਜਿਹੜਾ ਉਹ ਇੰਜਣਾਂ ਦੇ ਨਾਲ ਕੱਢ ਦਿੱਤਾ ਗਿਆ ਲਗਭਗ ਕਰੀਬ 3.5-4 ਫੁੱਟ ਦੇ ਕਰੀਬ ਪਾਣੀ ਸੀਗਾ ਪਰ ਹੁਣ ਵੀ 2.5-3 ਫੁੱਟ ਪਾਣੀ ਜਿਹੜਾ ਇਸ ਵੇਲੇ ਅੰਡਰ ਬ੍ਰਿਜ ਦੇ ਵਿੱਚ ਨਜ਼ਰ ਆ ਰਿਹਾ ਤਸਵੀਰ ਦੇਖੋ ਤੁਸੀਂ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਜਿਹੜਾ ਇਹ ਡ੍ਰੀਮ ਪ੍ਰੋਜੈਕਟ ਸੀ ਕਿਉਂਕਿ ਮੋਰਿੰਡੇ ਦਾ ਫਾਟਕ ਪੰਜਾਬ ਦੇ ਵਿੱਚ ਮਸ਼ਹੂਰ ਸੀ ਕਰੀਬ 50-55 ਟ੍ਰੇਨਾਂ ਨੇ ਜਿਹੜੀਆਂ ਇੱਥੋਂ ਗੁਜ਼ਰਦੀਆਂ ਸੀ ਤੇ ਆਮੂਮਨ ਜਦੋਂ ਵੀ ਤੁਸੀਂ ਜਾਣਾ ਹੋਵੇ ਤਾਂ ਫਾਟਕ ਜਿਹੜਾ ਹੈ ਉਹ ਲੱਗਿਆ ਹੀ ਰਹਿੰਦਾ ਸੀ ਸੋ ਜਿਸ ਤੋਂ ਨਜਾਤ ਪਾਉਣ ਦੇ ਲਈ ਅੰਡਰ ਬ੍ਰਿਜ ਜਿਹੜਾ ਕੱਢਿਆ ਗਿਆ ਪਰ ਹੁਣ ਇਹ ਅੰਡਰ ਬ੍ਰਿਜ ਵੱਡੀ ਸਿਰਦਰਦੀ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਆਮੂਮਨ ਲੋਕਾਂ ਦੀਆਂ ਗੱਡੀਆਂ ਫਸ ਜਾਂਦੀਆਂ ਨੇ ਸੋ ਤਮਾਮ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਲਗਭਗ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਇਹ ਪੁਲ ਬਣਾਇਆ ਗਿਆ ਅੰਡਰ ਬ੍ਰਿਜ ਪਰ ਹੁਣ ਇਹ ਪਾਣੀ ਪਾਣੀ ਹੋਇਆ ਨਜ਼ਰ ਆ ਰਿਹਾ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇਸ ਤੋਂ ਗੁਜ਼ਰਨਾ ਕਿੰਨਾ ਖਤਰਨਾਕ ਹੈ ਤਮਾਮ ਇੰਸਟਰੂਮੈਂਟ ਇੱਥੇ ਖੜਾਏ ਹੋਏ ਨੇ ਅਗਰ ਕਿਸੇ ਦਾ ਕੁਝ ਫਸਦਾ ਤਾਂ ਟੋ ਕਰਕੇ ਬਾਹਰ ਕੱਢਿਆ ਜਾ ਸਕਦਾ ਗੱਡੀਆਂ ਬਾਹਰ ਨੇ ਬਹੁਤ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਪਾਣੀ ਕੱਢਣ ਦੇ ਲਈ ਲਗਾਤਾਰ ਜਿਹੜੇ ਪ੍ਰਬੰਧਕ ਨੇ ਇੱਥੇ ਆਏ ਹੋਏ ਨੇ ਪਰ ਇਸ ਵੇਲੇ ਇਹ ਸੁਵਿਧਾ ਨਹੀਂ ਇੱਕ ਵੱਡੀ ਦੁਵਿਧਾ ਜਿਹੜਾ ਬਣਿਆ ਹੋਇਆ ਜਦੋਂ ਵੀ ਥੋੜ੍ਹੀ ਬਾਰਿਸ਼ ਹੁੰਦੀ ਹੈ ਤਾਂ ਇਹ ਅੰਡਰ ਬ੍ਰਿਜ ਦੇ ਵਿੱਚ ਪਾਣੀ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਨਦੀ ਨਾਲਾ ਨਹੀਂ ਇਹ ਮੋਰਿੰਡੇ ਦਾ ਅੰਡਰ ਬ੍ਰਿਜ ਆ ਮਸ਼ਹੂਰ ਅੰਡਰ ਬ੍ਰਿਜ ਕਿਹਾ ਜਾ ਸਕਦਾ ਕੋਲੋਂ ਦਿਖਾਉਣਾ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਇੱਕ ਤਸਵੀਰ ਕਿ ਟਰੱਕ ਬੱਸ ਵੀ ਜਿਹੜੇ ਲੰਘਣ ਲੱਗੇ ਇੱਥੋਂ 100 ਵਾਰ ਸੋਚਦੇ ਨੇ ਸਕੂਟਰ ਮੋਟਰਸਾਈਕਲਾਂ ਦੀ ਕੋਈ ਬਿਸਾਤ ਨਹੀਂ ਪਰ ਫਿਰ ਵੀ ਪਾਣੀ ਕੱਢਣ ਦੇ ਲਈ ਲਗਾਤਾਰ ਜਿਹੜੀ ਜੱਦੋ ਜਹਿਦ ਕਰੀ ਜਾ ਰਹੀ ਹੈ ਹਜ਼ਾਰਾਂ ਰੁਪਏ ਇਸ 'ਚੋਂ ਪਾਣੀ ਕੱਢਣ ਦੇ ਲਈ ਖਰਚਿਆ ਜਾਂਦਾ ਫਿਰ ਇਸਦਾ ਫਾਇਦਾ ਕੀ ਹੈ ਜਦੋਂ ਥੋੜ੍ਹੀ ਵੀ ਬਰਸਾਤ ਹੁੰਦੀ ਹੈ ਤਾਂ ਇੱਥੋਂ ਪਾਣੀ ਜਿਹੜਾ ਪਾਣੀ ਪਾਣੀ ਹੋ ਜਾਂਦਾ ਪਰ ਹਰ ਇੱਕ ਅੰਡਰ ਬ੍ਰਿਜ ਦਾ ਇਸ ਤਰ੍ਹਾਂ ਦੀ ਮੁਸੀਬਤ ਜ਼ਰੂਰ ਹੁੰਦੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਕਿਉਂ ਨਹੀਂ ਸਮਝ ਕਿ ਇਸਦਾ ਪਾਣੀ ਦੀ ਕੋਈ ਜਿਹੜੀ ਹੈ ਖਪਤ ਹੋਣੀ ਚਾਹੀਦੀ ਹੈ ਪਾਣੀ ਜਿਹੜਾ ਹੈ ਉਹ ਅੰਦਰ ਜਾਣਾ ਚਾਹੀਦਾ ਪਰ ਲਗਾਤਾਰ ਪਾਣੀ ਇੱਥੇ ਜਮ੍ਹਾਂ ਹੁੰਦਾ ਜਿਸ ਦੇ ਚੱਲਦੇ ਹੋਏ ਗੱਡੀਆਂ ਇੱਥੇ ਫਸ ਜਾਂਦੀਆਂ ਬੱਸਾਂ ਈਵਨ ਪਿਛਲੀ ਬਰਸਾਤ ਦੇ ਵਿੱਚ ਜੇ ਗੱਲ ਕਰੀ ਜਾਵੇ ਤਾਂ ਪਾਣੀ ਦੇ ਵਿੱਚ ਬੱਸਾਂ ਵੀ ਫਸ ਗਈਆਂ ਸੀ ਟੋ ਕਰਕੇ ਬਾਹਰ ਕੱਢੀਆਂ ਗਈਆਂ ਦਰਸ਼ਕਾਂ ਨੂੰ ਫਿਰ ਦੱਸ ਦਿੰਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਾਣੀ ਪਾਣੀ ਦੇਖੋ ਤਸਵੀਰ ਔਰ ਉੱਧਰ ਦਿਖਾਉਣਾ ਹੈ ਕਿ ਟ੍ਰੈਫਿਕ ਜਿਹੜੀ ਆ ਉਹ ਪੂਰੀ ਟ੍ਰੈਫਿਕ ਬਾਜ਼ਾਰ ਦੇ ਵਿੱਚ ਨੂੰ ਡਾਇਵਰਟ ਹੁੰਦੀ ਹੈ ਪਰ ਹਰ ਦੇਖੋ ਬੱਸ ਵੀ ਖੜੀ ਹੈ ਪਾਰਨੀ ਟੋ ਕਰਨ ਦੇ ਲਈ ਗੱਡੀ ਵੀ ਰੱਖੀ ਹੋਈ ਹੈ ਅਗਰ ਕੋਈ ਬੰਦਾ ਆਪਣੀ ਮਰਜ਼ੀ ਨਾਲ ਲੰਘਣਾ ਚਾਹੁੰਦਾ ਤਾਂ ਟੋ ਕਰਕੇ ਹੀ ਲੰਘਾਇਆ ਜਾ ਸਕਦਾ ਸੋ ਦੇਖ ਸਕਦੇ ਹੋ ਅਮੂਮਨ ਜਿਹੜਾ ਇਹ ਚੰਡੀਗੜ੍ਹ ਲੁਧਿਆਣਾ ਹਾਈਵੇ ਹੈ ਜਿਸ ਤੇ ਚੱਲਦੇ ਹੋਏ ਇੱਥੇ ਭਾਰੀ ਟ੍ਰੈਫਿਕ ਰਹਿੰਦੀ ਹੈ ਪਰ ਹੁਣ ਪਾਣੀ ਪਾਣੀ ਹੋਇਆ ਪਿਆ ਪੂਰੀ ਤਰ੍ਹਾਂ ਮੁਕੰਮਲ ਨਾ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕਿਉਂਕਿ ਇਸ ਦੇ ਹੱਥ ਚੱਲਦੇ ਹੋਏ ਜਿਹੜਾ ਆਲੇ ਦੁਆਲੇ ਸੜਕ ਬਣਨੀ ਸੀ ਪਾਣੀ ਦੀ ਨਿਕਾਸੀ ਹੋਣੀ ਸੀ ਪਰ ਹੁਣ ਇਹ ਤਮਾਮ ਜਿਹੜੀਆਂ ਨੇ ਸੁਰਾਗ ਨੇ ਇੱਥੋਂ ਪਾਣੀ ਨੀਚੇ ਆਉਂਦਾ ਜਿਸ ਦੇ ਚੱਲਦੇ ਪਾਣੀ ਭਰ ਜਾਂਦਾ ਸਮੇਂ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਸੋਚਣਾ ਚਾਹੀਦਾ ਇੱਥੋਂ ਵਿਧਾਇਕ ਨੇ ਡਾਕਟਰ ਚਰਨਜੀਤ ਸੋ ਕਿਉਂ ਇਹ ਲੋਕਾਂ ਨੂੰ ਜਿਹੜੀ ਇਹ ਦੁਵਿਧਾ ਹੁੰਦੀ ਹੈ ਇਸ 'ਤੇ ਸੰਗਿਆਨ ਲੈਣਾ ਚਾਹੀਦਾ ਹੈ ਜਦੋਂ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਇੱਥੇ ਆਏ ਸੀ ਇਸਦਾ ਉਦਘਾਟਨ ਕਰਕੇ ਗਏ ਸੀ ਪਰ ਹੁਣ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਇੱਥੇ ਇਹ ਸੁਵਿਧਾ ਨਹੀਂ ਦੁਬਧਾ ਬਣੀ ਹੋਈ ਹੈ ਕਰੋੜਾਂ ਰੁਪਏ ਖਰਚ ਕੇ ਵੀ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਸੋ ਲੋੜ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਕਿ ਲੋਕ ਜਿਹੜੇ ਨੇ ਪਰੇਸ਼ਾਨੀ ਤੋਂ ਬਚ ਸਕਣ ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ